ਮੋਹਾਲੀ 'ਚ ਚੱਲ ਰਹੇ ਅੰਗਰੇਜ਼ਾਂ ਨੂੰ ਠੱਗਣ ਵਾਲੇ ਆਫਿਸ। ਇਹ ਦੋ ਫੇਕ ਕਾਲ ਸੈਂਟਰ ਚੱਲ ਰਹੇ ਸੀਗਾ, ਇਹ ਇੱਕ ਦੋ ਡਿਫਰੈਂਟ ਕਾਲ ਸੈਂਟਰ ਸੀ। ਬਾਹਰਲੀ ਇੰਗਲਿਸ਼ ਬੋਲ ਕੇ ਗੋਰਿਆਂ ਤੋਂ ਲਏ ਕਰੋੜਾਂ। ਉਹਨੂੰ ਇਹ ਕਹਿੰਗੇ ਤੁਹਾਡਾ ਪ੍ਰੀ ਆਰਡਰਡ ਆਈਟਮ ਜੋ ਹੈ ਦਿਸ ਇਜ਼ ਇਲੀਗਲ, ਵੀ ਵਿਲ ਰਿਪੋਰਟ ਟੂ ਫੈਡਰਲ ਪੁਲਿਸ। ਹੁਣ ਤੁਸੀਂ ਕੈਂਸਲ ਕਰਨਾ ਚਾਹੁੰਦੇ ਤਾਂ ਇੰਨਾ ਚਾਰਜਸ ਲੱਗਣਾ ਹੈ। ਰੋਜ਼ ਰਾਤ ਵੇਲੇ ਮੁੰਡੇ ਕੁੜੀਆਂ ਲਗਾਉਂਦੇ ਸ਼ਿਫਟਾਂ, ਗੋਰਿਆਂ ਨਾਲ ਮਾਰਦੇ ਆ ਠੱਗੀ। ਜੋ ਕਾਲਸ ਇਨ ਵਨ ਨਾਈਟ ਵਾਸ ਅਰਾਊਂਡ 1.5 ਲੱਖ ਕਾਲਸ। ਇੰਗਲਿਸ਼ 'ਚ ਬੋਲ ਕੇ ਬਣ ਜਾਂਦੇ ਸੀ ਬਾਹਰਲੇ ਅਫਸਰ। ਇਹ ਇੱਕ ਕਾਲ ਸੈਂਟਰ ਜੋ F88 ਹੈ, ਪਲਾਟ ਨੰਬਰ, ਹਾਂ ਉਹ ਚੱਲ ਰਹੇ ਸੀਗਾ ਫਰੋਮ 2 ਇਅਰਸ। ਪੁਲਿਸ ਨੇ ਰਾਤ 3 ਵਜੇ ਰੇਡ ਕਰ ਬੰਦ ਕਰਵਾਏ ਦੋ ਆਫਿਸ। ਇਹ 155 ਜੋ ਐਂਪਲੋਈਜ਼ ਹੈ ਬੇਸਿਕਲੀ ਦੇ ਆਲ ਹੈਵ ਬੀਨ ਅਰੈਸਟਡ। ਕਿਉਂਕਿ ਮੈਡਮ ਇਹ ਬਹੁਤ ਮੋਡਸ ਆਪਰੈਂਡੀ ਜਿਹੜੀ ਹੈ, ਸਾਈਬਰ ਸੈੱਲ ਦਾ ਜਿਹੜਾ ਕ੍ਰਾਈਮ ਦਾ ਦਾਇਰਾ ਉਹ ਲਗਾਤਾਰ ਵੱਧਦਾ ਜਾ ਰਿਹਾ। ਇਹ ਕਾਫੀ ਵੱਡੀ ਠੱਗੀ ਜਿਹੜੀ ਹੈ ਤੁਸੀਂ ਪਰਦਾਫਾਸ਼ ਕੀਤਾ, 155 ਇਹਦੇ ਵਿੱਚ ਅਰੈਸਟ ਕੀਤੇ ਨੇ। ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਸੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਹੈ? ਇਹ ਦੋ ਫੇਕ ਕਾਲ ਸੈਂਟਰ ਚੱਲ ਰਹੇ ਸੀਗਾ, ਇਹ ਇੱਕ ਦੋ ਡਿਫਰੈਂਟ ਕਾਲ ਸੈਂਟਰ ਸੀਗਾ, ਔਰ ਦੋਨੋਂ ਕਾਲ ਸੈਂਟਰ ਵੈਰੀ ਸੋਫਿਸਟੀਕੇਟਡ ਕਾਲ ਸੈਂਟਰਸ, ਔਰ ਇਹ ਫੇਕ ਕਾਲ ਸੈਂਟਰਸ ਜੋ ਹੈ US ਸਿਟੀਜ਼ਨਸ ਨੂੰ ਟਾਰਗੇਟ ਕਰਦੇ ਸੀ। ਸੋ ਇਹਨਾਂ ਦੀ ਮੋਡਸ ਆਪਰੈਂਡੀ ਸੀਗਾ ਕਿ ਉਹ ਆਪਣੇ ਆਪ ਨੂੰ ਐਮਾਜ਼ਨ ਰਿਪ੍ਰੈਜੈਂਟੇਟਿਵ ਕਰਕੇ, ਜਿਸ ਤਰ੍ਹਾਂ ਸਾਨੂੰ ਫੈਡੈਕਸ ਦੀ ਕਾਲ ਆਉਂਦੇ ਕਿ ਤੁਸੀਂ ਕੋਈ ਇਲੀਗਲ ਆਈਟਮ ਪਕੜੇ ਗਏ ਕਸਟਮ ਬਣ ਕੇ, ਕੋਈ ਕਸਟਮ ਆਫਿਸਰ ਬਣ ਕੇ, ਸਿਮਿਲਰਲੀ ਇਹ ਵੀ ਉਹਨੂੰ ਜੋ US ਦੇ ਸਿਟੀਜ਼ਨਸ ਨੇ ਜੋ ਵੀ ਫੋਨ ਮਿਲ ਗਏ ਉਹਨੂੰ ਇਹ ਕਹਿੰਗੇ ਤੁਹਾਡਾ ਪ੍ਰੀ ਆਰਡਰਡ ਆਈਟਮ ਜੋ ਹੈ ਦਿਸ ਇਜ਼ ਇਲੀਗਲ, ਵੀ ਵਿਲ ਰਿਪੋਰਟ ਟੂ ਫੈਡਰਲ ਪੁਲਿਸ। ਹੁਣ ਤੁਸੀਂ ਕੈਂਸਲ ਕਰਨਾ ਚਾਹੁੰਦੇ ਤਾਂ ਇੰਨਾ ਚਾਰਜਸ ਲੱਗਣਾ ਹੈ। ਸੋ ਦੈਨ ਯੂਜੁਅਲੀ ਉਹ ਜੋ ਕੈਂਸਲੇਸ਼ਨ ਚਾਰਜਸ ਆਰ ਟੇਕਨ ਇਨ ਦਾ ਫਾਰਮ ਆਫ ਐਮਾਜ਼ਨ ਗਿਫਟ ਕਾਰਡ, ਜੋ ਇਮੀਡੀਏਟਲੀ ਰਿਡੀਮ ਕਰਦਾ ਦੀ ਰਿਡੀਮਡ ਬਾਈ ਦੀ ਕਿੰਗ ਪਿੰਡ। ਐਂਡ ਸਿਮਿਲਰਲੀ ਦੇਰ ਇਜ਼ ਮਾਈਕਰੋਸੋਫਟ ਫਰੋਡ, ਇੱਕ ਪੇਡੇ ਫਰੋਡ। ਸੋ ਇਹ ਸਾਰਾ ਫਰੋਡਸ ਜੋ ਮਾਈਕਰੋਸੋਫਟ ਦੇ ਵਿੱਚ ਉਹ ਆਪਣਾ ਮਾਈਕਰੋਸੋਫਟ ਦੀ ਕਸਟਮਰ ਕੇਅਰ ਫਰਜ਼ੀ ਕਸਟਮਰ ਕੇਅਰ ਦੀ ਬਣ ਕੇ ਉਹ ਕਹਿ ਦੇ ਸੈਂਡ ਪੋਪਅਪਸ ਕਿ ਤੁਹਾਡਾ ਸਿਸਟਮ ਕੰਪਰੋਮਾਈਜ਼ ਹੋ ਗਿਆ, ਹੁਣ ਤੁਸੀਂ ਇਹ ਫਲਾਨਾ ਟੂਲ ਇਮੀਡੀਏਟਲੀ ਡਾਊਨਲੋਡ ਕਰੋ, ਔਰ ਕੁਛ ਨੰਬਰ ਵੀ ਦੇ ਦੇਣਗੇ ਬਣ ਕੇ ਟੂ ਸਾਊਂਡ ਜੈਨੂਇਨ। ਤੋ ਦੈਨ ਵੈਂਸ ਦੈਟ ਟੂਲ ਇਜ਼ ਡਾਊਨਲੋਡਡ ਇਮੀਡੀਏਟਲੀ ਦੈਟ ਗੈਟਸ ਐਕਸੈਸ ਸਕਰੀਨ ਸ਼ੇਅਰਿੰਗ ਸਕਰੀਨ ਵਿਊਇੰਗ ਦੀ ਐਕਸੈਸ ਮਿਲ ਜਾਂਦੀ ਹੈ। ਡੈਸ ਜਿਹੜਾ ਐਪ ਹੁੰਦਾ ਹੈ ਲਿੰਕ ਭੇਜ ਕੇ ਉਹੀ ਮੈਮ, ਕਿਉਂਕਿ ਬਹੁਤ ਜ਼ਿਆਦਾ ਅੱਜ ਕੱਲ੍ਹ ਇਹ ਚੀਜ਼ਾਂ ਚੱਲ ਰਹੀਆਂ, ਦੈਨ ਦੇ ਗੈਟ ਐਕਸੈਸ ਟੂ ਆਲ ਦੀ ਬੈਂਕ ਅਕਾਊਂਟਸ ਐਂਡ ਆਲ, ਇਮੀਡੀਏਟਲੀ ਦੀ ਮਨੀ ਵਾਇਰ ਟ੍ਰਾਂਸਫਰ ਕਰ ਦਿੰਦੇ ਇੰਟੂ ਮਿਊਲ ਅਕਾਊਂਟਸ। ਸਾਰਾ ਜਿੰਨਾ ਵੀ ਡਾਟਾ ਤੁਹਾਡੇ ਮੋਬਾਈਲ ਦਾ, ਤੁਹਾਡੇ ਡੈਸਕਟੋਪ ਦਾ, ਤੁਹਾਡੇ ਉਹ ਸਾਰਾ ਉਹਨਾਂ ਦੇ ਕੋਲ ਪਹੁੰਚ ਜਾਂਦਾ ਹੈ, ਦੇ ਹੈਵ ਵਿਊਇੰਗ ਮਿਲ ਸਕਦੀ ਹੈ, ਦੈਨ ਇਮੀਡੀਏਟਲੀ ਟ੍ਰਾਂਸਫਰ ਦੀ ਮਨੀ ਟੂ ਮਿਊਲ ਅਕਾਊਂਟਸ ਐਂਡ ਇਨ ਦੀ US ਐਂਡ ਥਰੂ ATMs ਉਹ ਵਿਦਡਰਾਅ ਹੋ ਜਾਂਦੀ ਹੈ। ਐਂਡ ਦੈਨ ਹੂਐਵਰ ਇਜ਼ ਦੇਅਰ ਅਦਰ ਪਾਰਟਨਰ ਇਨ ਦਾ ਕਿੰਗ ਪਿਨ ਆਊਟ ਦੇਅਰ ਇਨ ਦਾ US, ਤੋ ਉਹ ਥੋੜਾ ਕਮਿਸ਼ਨ ਰੱਖ ਕੇ ਰੈਸਟ ਅਮਾਊਂਟ ਰੈਸਟ ਆਫ ਦੀ ਮਨੀ ਇਜ਼ ਟ੍ਰਾਂਸਫਰ ਟੂ ਇੰਡੀਆ ਇਨ ਟੂ ਦਾ ਕਿੰਗ ਪਿਨਸ ਥਰੂ ਹਵਾਲਾ। ਮੈਮ ਇਹ ਕਿਉਂਕਿ ਸਾਰੇ ਜਿਹੜੇ ਤੁਸੀਂ ਪੂਰੀ ਵੈਰੀਫਾਈ ਕੀਤਾ ਹੈ, ਪੂਰਾ ਤੁਸੀਂ ਸਾਰੀ ਚੀਜ਼ਾਂ ਨੂੰ ਲੈ ਕੇ, ਕਿਉਂਕਿ ਬੜੇ ਪ੍ਰੋਪਰ ਪਲਾਨ ਤਰੀਕੇ ਦੇ ਨਾਲ ਇਹ ਜਿੰਨਾ ਤਸਵੀਰਾਂ ਵੀ ਤੁਸੀਂ ਸਾਰੀ ਕੈਪਚਰ ਕੀਤੀ ਹੈ, ਔਰ ਬੜੇ ਸ਼ਾਤਿਰ ਤਰੀਕੇ ਨਾਲ, ਯਾਨੀ ਕਿ ਪੂਰੇ ਪਲਾਨ ਤਰੀਕੇ ਦੇ ਨਾਲ ਇਹਨਾਂ ਨੂੰ ਸਕ੍ਰਿਪਟਿੰਗ ਵੀ ਹੁੰਦੀ ਸੀਗੀ ਕਿ ਕਿਸ ਤਰ੍ਹਾਂ ਤੁਸੀਂ ਗੱਲ ਕਰਨੀ ਹੈ। ਦੀਸ ਆਰ ਵੈਰੀ ਵੈਰੀ ਸੋਫਿਸਟੀਕੇਟਡ, ਲਾਈਕ ਮੈਂ ਪਹਿਲੇ ਕਿਹਾ ਸੀਗਾ ਕਿ ਵੈਰੀ ਸੋਫਿਸਟੀਕੇਟਡ ਐਂਡ ਮਾਡਰਨ ਕਾਲ ਸੈਂਟਰਸ ਹੈ, ਦੇਅਰ ਇਕਵਿਪਮੈਂਟ ਦੀ ਵਾਟ ਐਵਰ ਵੀ ਹੈਵ ਸੀਜ਼ ਦੇਅਰ ਡੈਸਕਟੋਪਸ ਐਂਡ ਲੈਪਟੋਪਸ ਐਂਡ ਆਲਸੋ ਆਰ ਵੈਰੀ ਗੁੱਡ, ਐਂਡ ਦੀ ਸੋਫਟਵੇਅਰਸ ਦੈਟ ਦੇ ਹੈਵ ਇਜ਼ ਆਲਸੋ ਵੈਰੀ ਹਾਈ ਐਂਡ ਸੋਫਟਵੇਅਰ ਹੈ। ਕਿ ਕਿੰਨੇ ਲੋਕਾਂ ਨੂੰ ਇਹਦੇ ਵਿੱਚ ਕਾਬੂ ਕੀਤਾ ਗਿਆ ਤੇ ਹੁਣ ਕੀ ਰਿਕਵਰੀ ਹੋਈ ਹੈ? ਇਹ 155 ਜੋ ਐਂਪਲੋਈਜ਼ ਹੈ ਬੇਸਿਕਲੀ ਦੇ ਆਲ ਹੈਵ ਬੀਨ ਅਰੈਸਟਡ।
ਸੋ ਉਹਦੇ ਵਿੱਚ ਸਮ ਵੀ ਹੈਵ ਟੇਕਨ ਔਨ ਪੁਲਿਸ ਰਿਮਾਂਡ ਸੋ ਰੈਸਟ ਆਫ ਦ ਕਿੰਗ ਪਿੰਸ ਦਾ ਇਨਫੋਰਮੇਸ਼ਨ ਸਾਡੇ ਕੋਲ ਹੈਗਾ ਵੀ ਵਿਲ ਮੈਮ ਪ੍ਰੀਮਲੀ ਇਨਵੈਸਟੀਗੇਸ਼ਨ ਚ ਕਿਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਈਆਂ ਕਿਉਂਕਿ ਤਿੰਨ ਚਾਰ ਤਰੀਕੇ ਨਾਲ ਕੋਈ ਬੈਂਕਰ ਬਣ ਗਿਆ ਕੋਈ ਐਮਾਜ਼ਾਨ ਗਿਫਟ ਦਾ ਕਰ ਲਿਆ ਕਿਸੇ ਨੇ ਕਾਪੀ ਡੈਸਕ ਸਕਰੀਨ ਸ਼ੇਵਰ ਜਿਹੜਾ ਹੈਗਾ ਉਹ ਸ਼ੇਅਰ ਕਰਾ ਲਿਆ ਇਸ ਤਰ੍ਹਾਂ ਦੇ ਲਗਾਤਾਰ ਇਹਨਾਂ ਨੂੰ ਟਾਸਕ ਦਿੱਤਾ ਜਾਂਦਾ ਸੀਗਾ ਕਮਿਸ਼ਨ ਬੇਸ ਸੀਗੇ ਜਾਂ ਸੈਲਰੀ ਬੇਸ ਸੀਗੇ ਯਾ ਦੇ ਇਜ਼ ਟੂ ਗੈਟ ਸੈਲਰੀ ਵੀ ਸੀਗਾ ਐਂਡ ਹੂਵਰ ਜੋ ਮੈਕਸਿਮਮ ਨਾਲ ਫਰਾਡ ਕਰਦੇ ਹੈ ਉਹਨੂੰ ਕਮਿਸ਼ਨ ਵੀ ਮਿਲਦੀ ਹੈ ਓਕੇ ਸੋ ਸੋ ਦੈਨ ਐਜ਼ ਪਰ ਦੀ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ ਜੋ ਇਨਕੀ ਜੋ ਜੋ ਕਾਲਸ ਇਨ ਵਨ ਨਾਈਟ ਵਾਜ ਅਰਾਊਂਡ 1.5 ਲੱਖ ਕਾਲਸ ਯਾਨੀ ਇਹਨੂੰ ਟਾਰਗੇਟ ਯਾ ਜੋ ਜੋ ਉਸਮੇ ਜੋ ਆਈ ਮੀਨ ਲਾਈਕ ਇਟ ਕੀਪਸ ਡਾਇਲਿੰਗ ਨਾ ਦ ਸੌਫਟਵੇਅਰ ਕੀਪਸ ਡਾਇਲਿੰਗ ਤੋ ਕੋਈ ਵੀ ਚੱਕ ਲਈ ਉਹ ਫੋਨ ਉਠਾ ਲਿਆ ਜੇਕਰ ਇਹ ਓਨਲੀ ਐਬਰੋਡ ਦੇ ਲੋਕਾਂ ਨੂੰ ਹੀ ਟਾਰਗੇਟ ਕਰਦੇ ਓਨਲੀ ਇਟਸ ਓਨਲੀ ਯੂਐਸ ਯੂਐਸ ਸਿਟੀਜ਼ਨਸ ਲੇਟ ਨਾਈਟ ਹੀ ਚੱਲਦਾ ਸੀ ਨਾ ਦੇ ਕਾਲ ਸੈਂਟਰ ਦੁਪਹਿਰ ਨੂੰ ਨਹੀਂ ਚੱਲਦਾ ਇਹ ਓਨਲੀ ਲੇਟ ਨਾਈਟ ਚੱਲਦਾ ਸੀਗਾ ਠੀਕ ਹੈ ਤੇ ਮੈਮ ਇਨਵੈਸਟੀਗੇਸ਼ਨ ਚ ਹੋਰ ਵੀ ਕਿਉਂਕਿ ਦੋ ਕਾਲ ਸੈਂਟਰ ਨੇ ਇਹਨਾਂ ਦਾ ਆਪਸੀ ਕੋਈ ਆ ਰਿਹਾ ਸਾਹਮਣੇ ਰਿਲੇਸ਼ਨ ਜਾਂ ਫਿਰ ਵੱਖ ਵੱਖ ਜਿਹੜੇ ਨਹੀਂ ਨਹੀਂ ਇਹ ਡਿਫਰੈਂਟ ਹੈ ਦੇ ਆਰ ਨਾਟ ਰਿਲੇਟਡ ਟੂ ਈਚ ਅਦਰ ਦਿਸ ਇਜ਼ ਦੋ ਸੈਪਰੇਟ ਫੇਕ ਕਾਲ ਸੈਂਟਰ ਚੱਲ ਰਹੇ ਸੀ ਮੈਮ ਇਹਨਾਂ ਦਾ ਮਾਸਟਰ ਮਾਈਂਡ ਕੌਣ ਹੈ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਦੈਟ ਇਨਵੈਸਟੀਗੇਸ਼ਨ ਇਜ਼ ਇਨ ਪ੍ਰੋਗਰੈਸ ਉਹ ਟਾਈਮ ਲੱਗਣਾ ਵੀ ਪਤਾ ਕਰ ਲੈਂਗੇ ਵੀ ਨੋ ਇਨਫੋਰਮੇਸ਼ਨ ਇੱਕ ਸਵਾਲ ਹੋ ਰਿਹਾ ਕਿਉਂਕਿ ਇਸ ਤਰ੍ਹਾਂ ਦੀ ਪਹਿਲਾਂ ਵੀ ਕਿਉਂਕਿ ਸਾਈਬਰ ਕ੍ਰਾਈਮ ਦਾ ਜਿਹੜਾ ਦਾਇਰਾ ਹੈ ਉਹ ਲਗਾਤਾਰ ਵੱਧਦਾ ਜਾ ਰਿਹਾ ਲੋਕਾਂ ਨੂੰ ਤੁਸੀਂ ਅਵੇਅਰ ਕਰਦੇ ਹੋ ਲੇਕਿਨ ਜਿਹੜੇ ਸਾਈਟਸ ਤੇ ਫੇਕ ਸਾਈਟਸ ਹੁੰਦੀ ਹੈ ਲੋਕੀ ਠੱਗੀ ਦਾ ਸ਼ਿਕਾਰ ਹੁੰਦੇ ਹੈ ਇਹਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਕਿਉਂਕਿ ਹੁਣ ਜਿੱਦਾਂ ਇਸ ਕੇਸ 'ਚ ਵੀ ਲੋਕਾਂ ਨੂੰ ਕਾਲ ਜਾਂਦੀ ਹੈ ਅਸੀਂ ਐਮਾਜ਼ੋਨ ਤੋਂ ਬੋਲ ਰਹੇ ਹਾਂ ਅਸੀਂ ਬੈਂਕਰ ਬੋਲ ਰਹੇ ਹਾਂ ਇਹਨਾਂ ਦੇ ਕੋਲ ਇੱਕ ਪੁਆਇੰਟ ਟੂ ਪੁਆਇੰਟ ਇਹਨਾਂ ਦੇ ਕੋਲ ਡਿਟੇਲ ਹੁੰਦੀ ਹੈ ਕਿਸੇ ਦੀ ਵੀ ਕਿਸੇ ਵੀ ਸਿੰਗਲ ਪਰਸਨ ਦੀ ਉਹ ਡਿਟੇਲ ਕਿੱਥੋਂ ਆਉਂਦੀ ਹੈ ਬ੍ਰੋਕਰ ਇਹਦੇ ਬਾਰੇ ਇਸ ਪਰਟੀਕੁਲਰ ਦੀਸ ਕਾਲ ਸੈਂਟਰ ਜੋ ਸਾਡੇ ਇਨੀਸ਼ੀਅਲ ਇਨਵੈਸਟੀਗੇਸ਼ਨ ਤੋਂ ਪਤਾ ਲੱਗਾ ਕਿ ਦੇਰ ਆਰ ਬ੍ਰੋਕਰਸ ਹੂ ਗਿਵ ਦੈਮ ਦੀ ਡੇਟਾ ਓਕੇ ਡੇਟਾ ਇਜ਼ ਪਰਚੇਸਡ ਡੇਟਾ ਇਜ਼ ਪਰਚੇਸਡ ਦੈਟ ਮੀਨਸ ਕਿ ਉਨਕੀ ਸਿਟੀਜ਼ਨਸ ਕੀ ਡੇਟਾ ਦੀ ਬ੍ਰੋਕਰ ਇਜ਼ ਸੈਲਿੰਗ ਦੈਮ ਦੀ ਡੇਟਾ ਕਿੰਨੇ ਦਿਨਾਂ ਤੋਂ ਚੱਲ ਰਿਹਾ ਸੀ ਮੈਮ ਇਹ ਇੱਕ ਕਾਲ ਸੈਂਟਰ ਜੋ F88 ਹੈ ਪਲਾਟ ਨੰਬਰ ਉਹ ਚੱਲ ਰਹੇ ਸੀਗਾ ਫਰੋਮ 2 ਇਅਰਸ ਕਿਸ ਨਾਮ ਦੇਰ ਇਜ਼ ਨੋ ਨੇਮ ਓਕੇ ਦੀਸ ਆਰ ਆਲ ਨੇਮਲੈਸ ਕਾਲ ਸੈਂਟਰਸ ਨਾ ਫੇਕ ਕਾਲ ਸੈਂਟਰਸ ਹੈ ਨਾ ਇਹਨਾਂ ਦਾ ਆਪਣਾ ਹੀ ਹੈ ਮੈਮ ਬਿਲਡਿੰਗ ਜਾਂ ਰੈਂਟ ਤੇ ਨਹੀਂ ਦੇ ਵਰ ਔਨ ਰੈਂਟ ਦੇਰ ਰੈਂਟ ਤਾਂ ਕਿਸੇ ਤਰ੍ਹਾਂ ਦੀ ਕੋਈ ਐਗਰੀਮੈਂਟ ਹੋਵੇ ਇਹਨਾਂ ਦਾ ਜਾਂ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਦੈਟ ਆਲ ਇੰਡਰ ਇਨਵੈਸਟੀਗੇਸ਼ਨ ਹੁੰਦੇ ਨੇ ਯਾਨੀ ਕਿ ਨੋ ਨੇਮ ਫਸਟ ਫਰਾਡ ਹਾਂ ਨਹੀਂ ਨਹੀਂ ਦਿਸ ਇਜ਼ ਜਸਟ ਦੇ ਫੇਕ ਇਹ ਹੁਣ ਨੋ ਯਾਨੀ ਕਿ ਕਿਸ ਤਰ੍ਹਾਂ ਦਾ ਕੋਈ ਨਾ ਹੀ ਨਹੀਂ ਸੀਗਾ ਇਹਨਾਂ ਦਾ ਦੇ ਹੈਵ ਵੀ ਹੈਵ ਬੀਨ ਗੈਟਿੰਗ ਲੋਟ ਆਫ ਇਨਫੋਰਮੇਸ਼ਨ ਆਲਸੋ ਇੰਟੈਲੀਜੈਂਸ ਕਿਉਂਕਿ ਇਧਰ ਉਧਰ ਚੱਲ ਰਹੀ ਹੈ ਦ ਮੂਮੈਂਟ ਉਹਨੂੰ ਕੁਛ ਪਤਾ ਲੱਗ ਜਾਏਗਾ ਕਿ ਹਾਂ ਕਿਸੇ ਨੂੰ ਲੀਕ ਹੋ ਗਿਆ ਦੈਨ ਉਹ ਸਾਰਾ ਸਾਮਾਨ ਚੱਕ ਕੇ ਦੇ ਮੂਵ ਟੂ ਅਨਦਰ ਪਲੇਸ ਬਿਕੋਜ਼ ਇਟ ਇਜ਼ ਆਲ ਦੇਅਰ ਹਾਰਡਵੇਅਰ ਉਹ ਸਾਰਾ ਉਡਾਇਨਾ ਪ੍ਰੀਮਿਨਰੀ ਇਨਵੈਸਟੀਗੇਸ਼ਨ ਚ ਕੀ ਸਾਹਮਣੇ ਆਇਆ ਕਿ ਪਹਿਲਾਂ ਦਿੱਲੀ ਉਸ ਸਾਈਡ ਇਹ ਕਰਦੇ ਸੀਗੇ ਨਹੀਂ ਨਹੀਂ ਨਾਟ ਦਿਸ ਪਾਰਟਿਕੂਲਰ ਨਹੀਂ ਬਟ ਦੈਨ ਦੇਅਰ ਇਜ਼ ਲਾ ਨਹੀਂ ਵੀ ਹੈਡ ਇੰਟੈਲੀਜੈਂਸ ਇਨਪੁਟਸ ਦੈਟ ਕਿ ਸਮ ਕਾਲ ਸੈਂਟਰਸ ਆਰ ਫੇਕ ਕਾਲ ਸੈਂਟਰਸ ਆਰ ਆਪਰੇਟਿੰਗ ਫਰੋਮ ਦਿਸ ਏਰੀਆ ਸੋ ਅਸੀਂ ਪਿਛਲੇ ਇੱਕ ਮਹੀਨੇ ਸੇ ਥੋੜੀ ਸੀ ਵੀ ਵਰ ਲੁਕਿੰਗ ਅਰਾਊਂਡ ਕਿ ਵੇਅਰ ਕੁਡ ਦੇ ਬੀ ਲੋਕੇਟਡ ਬਿਕੋਜ਼ ਦੇ ਆਰ ਆਲ ਨੇਮਲੈਸ ਫੇਸਲੈਸ ਮੈਮ ਜਿਸ ਪਾਸੇ ਤੁਸੀਂ ਰੇਡ ਕੀਤੀ ਹੈ ਕਾਲ ਸੈਂਟਰ ਨੂੰ ਬਸ਼ ਕੀਤਾ ਉੱਥੇ ਬਹੁਤ ਸਾਰੇ ਕਾਲ ਸੈਂਟਰਸ ਨੇ ਬਹੁਤ ਐਬਰੋਡ ਦੀ ਕੰਪਨੀਆਂ ਨੇ ਹੁਣ ਤੁਸੀਂ ਵੈਰੀਫਾਈ ਕਰ ਰਹੇ ਹੋ ਕਿ ਵੀਲ ਵੈਰੀਫਾਈ ਆਲ ਦੀ ਦਿਸ ਵਨ ਐਂਡ ਹੁਣ ਆਈ ਐਮ ਸ਼ੋਰ ਹੁਣ ਜੋ ਵੀ ਇਹ ਇੰਟਰਵਿਊ ਦੇਖ ਰਹੇ ਉਹਨੂੰ ਵੀ ਪਤਾ ਲੱਗਣਾ ਹੈ ਕਿ ਇਹ ਕੈਸੇ ਕਾਲ ਸੈਂਟਰ ਚੱਲ ਰਹੇ ਆਪਣੇ ਪ੍ਰੀਮਾਈਸਸ ਮੇ ਵੈਦਰ ਫੇਕ ਆ ਜੈਨੂਨ ਨੇ ਉਹਨੂੰ ਵੀ ਦੇਖਣਾ ਜ਼ਰੂਰੀ ਹੈ ਅਪਰੋਕਸੀਮੇਟਲੀ ਕਿੰਨੇ ਦੀ ਲੱਖਾਂ ਦੀ ਕਰੋੜਾਂ ਦੀ ਠੱਗੀ ਹੋਈ ਹੈ ਨਹੀਂ ਅਪਰੋਕਸੀਮੇਟਲੀ ਆਈ ਮੀਨ ਦੈਟ ਫਿਗਰ ਮਾਸਟਰ ਮਾਈਂਡ ਲਾਈਕ ਆਈਵ ਟੋਲਡ ਯੂ ਦੈਟ ਹੁਣ ਤੱਕ ਤੋਂ ਉਹ ਦੋ ਗੁਜਰਾਤ ਬੇਸਡ ਹੀ ਕੁਛ ਦੋ ਲੱਗ ਸਿੰਗਲ ਪਰਸਨ ਹੈ ਜਾਂ ਕੋਈ ਸ਼ੇਅਰਿੰਗ ਦੀ ਪਰਸਨ ਹੈ ਯੈਸ ਦਿਸ ਆਲ ਵੀ ਡੂ ਨਾਟ ਨੋ ਦ ਕਿੰਗ ਪਿੰਸ ਆਰ ਫਰੋਮ ਦੇਅਰ ਓਨਲੀ ਹੂ ਆਰ ਇਧਰ ਦੇ ਵਰ ਮੈਨੇਜਰਸ ਔਰ ਵਾਟ ਬਟ ਇਨਵੈਸਟੀਗੇਸ਼ਨ ਦੇ ਥਰੂ ਹੀ ਪਤਾ ਲੱਗਣਾ